ਹਾਈ ਗਾਈਜ਼, ਵੈਲਕਮ ਟੂ ਹਿਟਸ ਕੈਫੇ। ਸੋ ਅੱਜ ਹਿਟਸ ਕੈਫੇ ਦਾ ਐਪੀਸੋਡ ਇੰਨਾ ਸਪੈਸ਼ਲ ਹੈ ਕਿਉਂਕਿ ਲਾਈਵ ਡੀਜੇ ਹੋਣ ਵਾਲਾ ਹੈ। ਯੈਸ, ਸੋ ਵੀ ਹੈਵ ਟੂਡੇ ਇਨ ਆਰ ਹਿਟਸ ਕੈਫੇ ਡੀਜੇ ਫਲੋ। ਹਾਈ ਫਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਠੀਕ ਹੋ? ਮੈਂ ਬਹੁਤ ਵਧੀਆ, ਤੁਸੀਂ ਦੱਸੋ? ਫਿਰ ਅੱਜ ਲਾਈਵ ਡੀਜੇ ਸਾਡੇ ਨਾਲ ਹੈ ਨਾ। ਅੱਛਾ ਫਲੋ, ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੈ ਨਾ, ਇੱਕ ਗੱਲ ਪੁੱਛਣੀ ਸੀ ਮੈਂ ਕਿ ਸਪਨਾ ਕੌਣ ਹੈ ਯਾਰ? ਸਪਨਾ ਠੀਕ ਹੈ? ਸਪਨਾ ਕੋਈ ਨਹੀਂ ਹੈ। ਤੁਸੀਂ ਗਿੱਪੀ ਬਾਈ ਵਾਲੀ ਵੀਡੀਓ ਦੇਖੀ? ਬਹੁਤ ਜ਼ਿਆਦਾ ਵਾਇਰਲ ਸੀ। ਹਾਂਜੀ, ਉਹ ਤਾਂ ਉਹਦੀ ਮਜ਼ਾਕ ਦੇ ਵਿੱਚ ਨਾ ਸੱਚੀ ਵੱਜਿਆ ਸੀ ਫੋਨ। ਨਹੀਂ ਨਹੀਂ, ਫੋਨ ਸੱਚੀ, ਉਹ ਨਾਮ ਨਹੀਂ ਸੀਗਾ, ਉਹਦੇ ਜਸਟ ਮਜ਼ਾਕ ਸੀਗਾ। ਮਜ਼ਾਕ ਸੀਗਾ ਨਾ, ਬਟ ਬਹੁਤ ਵਾਇਰਲ ਹੋਇਆ। ਹਾਂ, ਸੋ ਆਪਾਂ ਇਹ ਜਿਹੜੀ ਗੇਮ ਹੈ ਇਹਦਾ ਨਾਮ ਹੈ ਰਿਸਕੀ ਟਾਵਰ। ਇਹਦੇ ਵਿੱਚ ਕੁਐਸਚਨਸ ਹੈ ਜੋ ਤੁਸੀਂ ਆਨਸਰ ਕਰਨੇ ਹੀ ਕਰਨੇ ਹੈ। ਓਕੇ, ਕਰਨੇ ਹੀ ਕਰਨੇ, ਸਾਡੇ ਕੋਲ ਆਪਸ਼ਨ ਹੀ ਨਹੀਂ ਹੈ। ਠੀਕ ਹੈ, ਕਰੀਏ ਫਿਰ ਸ਼ੁਰੂ। ਚਲੋ, ਤੁਹਾਡੀ ਟਰਨ। ਪਰਪਲ, ਪਰਪਲ ਕਲਰ ਟੋਣੀ ਵੀ ਨਹੀਂ ਨਾ। ਹਾਂ, ਗਿਰਨੀ ਨਹੀਂ ਚਾਹੀਦੀ ਬਸ। ਓਕੇ, ਨਹੀਂ ਗਿਰੀ। ਇੱਕ ਕੁਐਸਚਨ ਥੋੜੀ ਪੜਨੇ ਆ, ਕੋਈ ਨਹੀਂ। ਮਨਕੀਰਤ ਔਲਖ। ਓਕੇ, ਸੋ ਕੁਐਸਚਨ ਹੈ, ਹੂ ਇਜ਼ ਯੋਰ ਸਿਰਾ ਯਾਰ ਫਰੋਮ ਇੰਡਸਟਰੀ? ਮਨਕੀਰਤ ਔਲਖ। ਮਨਕੀਰਤ ਔਲਖ ਹੈ ਨਾ। ਸੋ ਤੁਸੀਂ ਬੇਸਿਕਲੀ ਹੈ ਨਾ ਮਨਕੀਰਤ ਲਈ ਗਾਣੇ ਵੀ ਲਿਖੇ, ਐਂਡ ਯੂ ਹੈਵ ਅ ਲਾਈਕ ਗ੍ਰੇਟ ਜਰਨੀ। ਤੁਸੀਂ ਚਮਕੀਲਾ ਜੀ ਨੂੰ ਸੁਣਦੇ ਸੀ ਹੈ ਨਾ, ਫਿਰ ਤੁਸੀਂ ਰਾਜ ਬਰਾੜ ਜੀ ਨਾਲ ਕੰਮ ਕੀਤਾ, ਐਂਡ ਦੈਨ ਮਨਕੀਰਤ ਨਾਲ, ਫਿਰ ਤੁਸੀਂ ਖੁਦ ਆ ਸਿੰਗਰ ਹੈ। ਯੂ ਹੈਵ ਸੀਨ ਇੰਡਸਟਰੀ ਇਵੋਲਵਿੰਗ ਹੈ ਨਾ, ਮਿਊਜ਼ਿਕ ਤੁਸੀਂ ਇਵੋਲਵ ਹੁੰਦਾ ਦੇਖਿਆ। ਸੋ ਤੁਹਾਡੇ ਲਈ ਮਿਊਜ਼ਿਕ ਜਿਹੜਾ, ਮਤਲਬ ਹੁਣ ਜਿਹੜਾ ਡੀਜੇ ਫਲੋ ਦਾ ਗਾਣਾ ਹੈ ਉੱਥੇ ਤੱਕ ਮਿਊਜ਼ਿਕ ਤੁਸੀਂ ਕਿੱਦਾਂ ਟ੍ਰੀਟ ਕਰਦੇ ਹੋ ਮਿਊਜ਼ਿਕ ਨੂੰ? ਵੀ ਅੱਜ ਦਾ ਜਿਹੜਾ ਗਾਣਾ ਹੈ ਫਰੋਮ ਦ ਬਿਗਨਿੰਗ। ਹਾਂ, ਬੇਸਿਕਲੀ ਮੇਰੇ ਉਹ ਲੋਕਾਂ ਦੇ ਸਾਹਮਣੇ ਆਪਾਂ ਬਾਅਦ ਚੋਂ ਲੈ ਕੇ ਆਏ ਹਾਂ, ਮਤਲਬ ਐਜ਼ ਐਨ ਸਿੰਗਰ। ਮੈਂ ਪਹਿਲਾਂ ਤੋਂ ਹੀ ਆਪਦੀ ਆਵਾਜ਼ ਦੇ ਵਿੱਚ ਬਣਾਉਂਦਾ ਹੁੰਦਾ ਸੀਗਾ। ਓਕੇ, ਡਮੀਜ਼। ਸੋ ਮੇਰੇ ਲਈ ਤਾਂ ਮਤਲਬ ਨਵੀਂ ਗੱਲ ਨਹੀਂ ਹੈਗੀ, ਬਟ ਹਾਂ ਪਰਫੈਕਸ਼ਨ ਆ ਜਾਂਦੀ ਥੋੜੀ ਜੀ, ਜਿੱਦਾਂ ਜਿੱਦਾਂ ਤੁਸੀਂ ਚੀਜ਼ਾਂ ਕਰਦੇ ਰਹੇ ਤੁਹਾਨੂੰ ਪਰਫੈਕਸ਼ਨ ਆ ਜਾਂਦੀ ਹੈ। ਤਾਂ ਤੁਸੀਂ ਜਦ ਹੈ ਨਾ ਸ਼ੁਰੂ ਕੀਤਾ, ਤਦ ਮਿਊਜ਼ਿਕ ਕੁਝ ਹੋਰ ਸੀ, ਲਿਰਿਕਸ ਕੁਝ ਹੋਰ ਸੀ। ਹਾਂ ਬਿਲਕੁਲ, ਬਹੁਤ ਚੇਂਜ। ਇੱਕ ਟਾਈਮ ਦੇ ਉੱਤੇ ਢੋਲ ਵਾਲੇ ਗਾਣੇ ਚੱਲਦੇ ਹੁੰਦੇ ਸੀਗੇ। ਮੈਂ ਜਦੋਂ ਨਵਾਂ ਨਵਾਂ ਮਿਊਜ਼ਿਕ ਵਿੱਚ ਆਇਆ ਇੰਡਸਟਰੀ 'ਚ, ਤੇ ਹੁੰਦਾ ਨੀ ਜਿਵੇਂ ਪਹਿਲੇ ਪਹਿਲੇ ਗਾਣੇ ਜਦੋਂ ਤੁਹਾਡੇ ਤੁਸੀਂ ਬਣਾਉਂਦੇ ਹੋ, ਪਹਿਲੇ ਪਹਿਲੇ ਗਾਣੇ ਚੱਲ ਜਾਂਦੇ ਨੇ ਤੁਹਾਡੇ, ਬਿਲਕੁਲ। ਤੇ ਉਹ ਪਹਿਲੇ ਦੋ ਤਿੰਨ ਗਾਣੇ ਜਿਹੜੇ ਮੈਂ ਕੀਤੇ ਸੀ ਉਹ ਢੋਲ ਤੇ ਸੀਗੇ। ਲੋਕਾਂ ਨੂੰ ਲੱਗਣ ਲੱਗਿਆ ਵੀ ਸਾਰੇ ਜਾਣੇ, ਜਿਵੇਂ ਬੰਦੇ ਨੂੰ ਸੁਣਦੀ ਨੀ ਆਵਾਜ਼ ਵੀ ਜੋ ਵੀ ਮਾਰਕੀਟ 'ਚ ਗੱਲਾਂ ਹੁੰਦੀਆਂ, ਇਹ ਤਾਂ ਦੇਸੀ ਗਾਣੇ ਬਹੁਤ ਵਧੀਆ ਬਣਾਉਂਦਾ ਇੱਦਾਂ ਦਾ। ਮੇਰੇ ਕੋਲ ਜ਼ਿਆਦਾ ਰਸ਼ ਦੇਸੀ ਗਾਣਿਆਂ ਦਾ ਪੈ ਗਿਆ ਵੀ ਹਾਂ ਵੀ ਢੋਲ ਵਾਲੇ ਬਣਾਉਣੇ। ਫਿਰ ਉਸ ਤੋਂ ਬਾਅਦ ਮੈਂ ਕੀਤਾ ਗੈਂਗਲੈਂਡ, ਉਹ ਕਹਿੰਦੇ ਤਾਂ ਅਰਬਨ ਕਹਿਣ ਨੂੰ। ਫਿਰ ਉਸ ਤੋਂ ਬਾਅਦ ਸਾਰਿਆਂ ਨੂੰ ਬੰਬ ਜੱਟ, ਅੰਮ੍ਰਿਤ ਮਾਨ, ਜੈਸਮੀਨ ਸੈਂਡਸ, ਤੇ ਉਹ ਫਿਰ ਹੌਲੀ ਹੌਲੀ ਉਹਨੂੰ ਪਤਾ ਲੱਗ ਗਿਆ ਵੀ ਜੌਨਰ ਕੋਈ ਨਹੀਂ ਹੈ, ਤਾਂ ਵਰਸਟਾਈਲ ਹੈ ਹਨਾ, ਕੁਛ ਮਰਜ਼ੀ ਬਣਵਾ ਲਓ। ਸੋ ਤੁਹਾਡੇ ਲਈ ਐਜ਼ ਸਿੰਗਰ ਹੈ ਨਾ ਜਾਂ ਫਿਰ ਮਿਊਜ਼ਿਕ ਡਾਇਰੈਕਟਰ, ਵਾਸ ਇਟ ਈਜ਼ੀ ਲਾਈਕ ਅਪਡੇਟ ਹੋਣਾ ਮਿਊਜ਼ਿਕ ਨਾਲ? ਮੈਨੂੰ ਵੈਸੇ ਨਾ ਕੋਈ ਵੈਸੇ ਫੀਲ ਨਹੀਂ ਹੋਇਆ, ਮੈਨੂੰ ਤਾਂ ਨੋਰਮਲ ਉਦਾਂ ਹੀ ਲੱਗਦਾ ਵੀ ਜਿਵੇਂ ਮਿਊਜ਼ਿਕ ਕਰਦੇ ਸਮੇਂ ਸੀ ਹੈ ਨਾ। ਹਾਂ, ਇੰਨਾ ਵੀ ਥੋੜ੍ਹਾ ਜਿਹਾ ਵੀ ਐਕਸਪੈਂਡ ਹੋ ਜਾਂਦਾ, ਥੋੜ੍ਹੀ ਵੱਧ ਜਾਂਦੀ ਆਡੀਅੰਸ ਹੈ ਨਾ, ਕਿਉਂਕਿ ਜਦੋਂ ਤੁਸੀਂ ਮਿਊਜ਼ਿਕ ਬਣਾਉਂਦੇ ਕਿਸੇ ਚੀਜ਼ ਦਾ ਤੇ ਉਹ ਤੁਸੀਂ ਇੱਕ ਪਰਦੇ ਪਿੱਛੇ ਰਹਿੰਦੇ ਹੋ, ਤੇ ਚਲੋ ਹੁਣ ਤਾਂ ਮਿਊਜ਼ਿਕ ਡਾਇਰੈਕਟਰਸ ਵੀ ਅੱਗੇ ਆਉਣ ਲੱਗ ਗਏ, ਫੀਚਰਿੰਗ 'ਚ ਨਾਮ ਆਉਣ ਲੱਗ ਗਏ ਸਾਰਾ ਹੈ ਨਾ, ਉਹਦੇ ਵਿੱਚ ਵਧੀਆ। ਹੁਣ ਲੋਕੀ ਬਹੁਤ ਐਜੂਕੇਟਡ ਨੇ, ਲੋਕਾਂ ਨੂੰ ਸਭ ਪਤਾ ਹੁਣ ਵੀ ਕੀ ਕਰ ਰਹੇ ਨੇ, ਕਿਹਨੇ ਲਿਖਿਆ, ਕਿਹਨੇ ਕੀਤਾ। ਬਾਈ ਦ ਟਾਈਮ ਹੋ ਗਿਆ ਹੈ ਨਾ, ਬਹੁਤ ਜ਼ਿਆਦਾ ਮਿਊਜ਼ਿਕ ਨੂੰ ਵੀ ਲੈ ਕੇ ਹੈ ਨਾ। ਹਾਂਜੀ, ਤੁਹਾਡੀ ਟਰਨ, ਤਾਂ ਗੇਮ ਖੇਲਣੀ ਹੈ ਨਾਲ ਨਾਲ। ਮੇਰੀ ਇਕੱਲੇ ਦੀ ਟਰਨ ਹੋਈ, ਸਿਰਫ ਤੁਹਾਡੇ ਇਕੱਲੇ ਦੀ ਟਰਨ। ਫਿਰ ਪਰਪਲ, ਇਹ ਕੋਈ ਜਾਣ ਕੇ ਤਾਂ ਨਹੀਂ ਬੰਦਾ? ਨਹੀਂ ਨਹੀਂ ਨਹੀਂ, ਇਹਦੇ ਵਿੱਚ ਕੋਈ ਫੇਰ ਕਰ ਲਓ। ਪਿੰਕ,
ਪੋਪਲ ਦੀ ਸਿਸਟਰ, ਇਹ ਤੁਸੀਂ ਪੜਿਆ ਤਾਂ ਨਹੀਂ ਸੀ ਪਹਿਲੇ? ਲਾਸਟ ਮੀਲ ਇਫ ਇਟ ਬੀ ਯੋਰ ਲਾਸਟ ਡੇ ਔਨ ਦ ਪਲੈਨਟ, ਓਕੇ, ਤੁਹਾਡਾ ਛੋਲੇ ਕੁਲਚੇ. ਸੋ ਕੁਐਸਚਨ ਸੀ ਕਿ ਜੇ ਤੁਹਾਡਾ ਲਾਸਟ ਡੇ ਹੈ ਪਲੈਨਟ ਤੇ, ਤੁਹਾਡੀ ਮੀਲ ਕੀ ਹੋਏਗੀ? ਛੋਲੇ ਕੁਲਚੇ. ਛੋਲੇ ਕੁਲਚੇ. ਡੂ ਯੂ ਕੁੱਕ? ਥੋੜਾ ਬਹੁਤਾ ਮੈਂ ਨਾ ਉਹ ਦੇਖਦਾ ਜਿਆਦਾ, ਜਿਹੜੇ ਫੂਡ ਵਲੌਗਿੰਗ ਹੁੰਦੀ ਜਿਹੜੀ ਟਰਕੀ ਵਾਲੇ ਜਾਂ ਦੂਜੇ ਉਹ ਵਾਲੇ ਦੇਖਦਾ. ਕਦੀ ਟਰਾਈ ਕੀਤਾ ਦਾ ਵਲੌਗਿੰਗ ਦਾ? ਨਹੀਂ, ਵਲੌਗਿੰਗ ਮੇਰੇ ਬਸ ਤੇ ਨਹੀਂ ਹੈ. ਆਪਾਂ ਮਿਊਜ਼ਿਕ, ਮੈਂ ਤਾਂ ਸੋਸ਼ਲ ਮੀਡੀਆ ਤੇ ਅਪਡੇਟ ਨਹੀਂ ਰਿਹਾ ਪਾਉਂਦਾ. ਹਾਂ, ਮੈਂ ਉਹ ਕਿ ਤੁਸੀਂ ਬਹੁਤ ਲਾਈਕ ਹੈਜ਼ਿਟੇਟ ਕਰਦੇ ਹੋ. ਮੇਰੇ ਜਿਵੇਂ ਹੁਣ ਰੀਲਸ ਬਣਾਉਣੀਆਂ ਮੈਨੂੰ ਅਣਗਹਿਲੀ ਜੀ ਲੱਗ ਜਾਂਦੀ ਹੈ ਵੀ ਹਾਂ ਵੀ ਕਰਦੇ ਆ ਬਸ ਬਣਾਉਂਦੇ ਆ, ਉੱਥੇ ਫਸ ਜਾਂਦਾ ਬਸ. ਪਰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ ਇਹ ਪ੍ਰੋਮੋਸ਼ਨ ਦਾ ਪਾਰਟ ਹੈ ਸੋਸ਼ਲ ਮੀਡੀਆ, ਹੈ ਨਾ? ਹੁਣ ਇੰਪਰੂਵ ਕਰ ਰਿਹਾ ਉਸ ਚੀਜ਼ ਨੂੰ, ਹੈ ਨਾ? ਪਹਿਲਾਂ ਹੁੰਦਾ ਸੀ, ਲੋਕ ਕਹਿੰਦੇ ਕਿ ਸੋਸ਼ਲ ਮੀਡੀਆ ਤੋਂ ਦੂਰ ਰਹੋ. ਉਹਦਾ ਰਿਜ਼ਲਟ ਹੈ ਜੇ ਤੁਸੀਂ ਆਪਦੀ ਤੁਹਾਡਾ ਸੋਸ਼ਲ ਮੀਡੀਆ ਆਪਦਾ ਸਟਰੋਂਗ ਹੋਊਗਾ, ਤੁਸੀਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਤੁਹਾਨੂੰ ਤੁਸੀਂ ਆਪੇ ਪ੍ਰਮੋਟ ਕਰ ਰਹੇ ਹੋ. ਹਾਂ, ਇੱਕ ਤੁਹਾਡੇ ਕੋਲ ਇੱਕ ਜਗ੍ਹਾ ਹੈਗੀ ਤੁਸੀਂ ਪ੍ਰਮੋਟ ਕਰ ਸਕਦੇ ਹੋ. ਸਲੋ ਲਾਈਕ ਹਾਓ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ, ਯੂ ਹੈਵ ਬੀਨ ਵਰਕਿੰਗ ਲਾਈਕ ਵੈਰੀ ਹਾਰਡ, ਐਂਡ ਤੁਹਾਡੇ ਗਾਣੇ ਬੈਕ ਟੂ ਬੈਕ ਹਿੱਟ ਆਏ, ਹੈ ਨਾ, ਜੋ ਤੁਸੀਂ ਪ੍ਰੋਡਿਊਸ ਐਜ਼ ਅ ਸਿੰਗਰ ਵੀ, ਹੈ ਨਾ, ਤੁਸੀਂ ਬਹੁਤ ਪ੍ਰੋਫੈਸ਼ਨਲ ਹੋ ਲਾਈਕ, ਹੈ ਨਾ. ਸੋ ਇੱਕ ਪ੍ਰੋਫੈਸ਼ਨਲ ਬੰਦੇ ਨੂੰ ਪੰਜਾਬੀ ਇੰਡਸਟਰੀ ਕਿੱਦਾਂ ਟ੍ਰੀਟ ਕਰਦੀ ਹੈ? ਨਿਊ ਕਮਰ ਨੂੰ ਜਾਂ ਪ੍ਰੋਫੈਸ਼ਨਲ ਨੂੰ? ਪ੍ਰੋਫੈਸ਼ਨਲ ਨੂੰ ਬਹੁਤ ਵਧੀਆ ਟ੍ਰੀਟ ਕਰਦੀ ਹੈ. ਤੇ ਬੇਸਿਕਲੀ ਬੰਦਾ ਜਿਵੇਂ ਮੰਨ ਲਓ ਤੁਸੀਂ ਲੋਕਾਂ ਸਾਹਮਣੇ ਅਣਜਾਣ ਬਣ ਗਏ, ਮੈਂ ਅਣਜਾਣ ਹਾਂ, ਮੈਨੂੰ ਤਾਂ ਪਤਾ ਨਹੀਂ ਹੈਗਾ. ਮੂਹਰਲੇ ਬੰਦੇ ਨੂੰ ਮਤਲਬ ਇਹ ਲੱਗਣ ਲੱਗੇ ਵੀ ਅਣਜਾਣ ਹੈ, ਪਰ ਅੰਦਰੋਂ ਮੈਨੂੰ ਸਾਰਾ ਕੁਝ ਪਤਾ. ਉਹ ਕਈ ਵਾਰੀ ਐਵੇਂ ਵੀ ਚੈੱਕ ਕਰ ਲਈਦਾ ਵੀ ਬੰਦਾ ਕੀ ਸੋਚਦਾ ਜਾਂ ਕੀ ਨਹੀਂ, ਹੈ ਨਾ. ਬਟ ਵੈਸੇ ਤੁਸੀਂ ਜੇ ਸਹੀ ਹੋ ਆਪਣਾ ਕਰ ਰਹੇ ਹੋ ਹਰੇਕ ਬੰਦਾ ਨਾ ਆਪਣੇ ਕੰਪੀਟੀਸ਼ਨ ਨੂੰ ਟਰੈਕ ਕਰਦਾ ਹੈ, ਲਾਈਕ, ਹੈ ਨਾ, ਸਾਡਾ ਜਿਹੜਾ ਕੰਪੀਟੀਟਰ, ਡੂ ਯੂ ਟਰੈਕ ਯੋਰ ਕੰਪੀਟੀਸ਼ਨਸ ਕਿ ਦੂਜਾ ਮਿਊਜ਼ਿਕ ਡਾਇਰੈਕਟਰ ਕੀ ਕਰ ਰਿਹਾ ਜਾਂ ਦੂਜਾ ਸਿੰਗਰ ਕੀ ਕਰ ਰਿਹਾ? ਨਹੀਂ, ਮੈਂ ਇੱਦਾਂ ਨਹੀਂ, ਅੱਖਾਂ ਮੂਹਰੇ ਆ ਜੇ ਨੋਰਮਲੀ ਜਿਵੇਂ ਰੈਂਡਮਲੀ ਕੋਈ ਆ ਜੇ ਉਹ ਵੱਖਰੀ ਗੱਲ ਆ, ਪਰ ਇੱਦਾਂ ਵੀ ਮੇਰਾ ਤਾਂ ਵੈਸੇ ਸਾਰਿਆਂ ਦੇ ਨਾਲ ਨਾ ਭਾਈਚਾਰਾ ਹੀ ਆ, ਪਿਆਰ ਹੀ ਆ ਮੇਰਾ, ਤੇ ਅਸੀਂ ਤਾਂ ਸਗੋਂ ਆਪਸ ਦੇ ਵਿੱਚ ਗੱਲਾਂ ਸ਼ੇਅਰ ਕਰਦੇ ਹੁੰਦੇ ਹਾਂ ਵੀ ਆਹ ਕੀ ਬਣਾਇਆ, ਵੀ ਆਹ ਮਿਊਜ਼ਿਕ ਕਿੱਦਾਂ, ਵੀ ਆਹ ਲੂਪ ਕਿਵੇਂ ਬਣਿਆ, ਕੀ ਬਣਿਆ, ਉਹ ਥੋੜੀ ਜਿਹੀ ਇੱਦਾਂ ਦੀ ਗੱਲਾਂ ਕਰ ਲਈਦੀਆਂ ਆਪਸ ਵਿੱਚ. ਯੂ ਆਰ ਵੈਰੀ ਇੱਕ ਦੂਸਰੇ ਦੇ ਕੰਮ ਵੀ ਆ ਜਾਈਦਾ ਵੀ ਜੇ ਕਿਸੇ ਨੇ ਇੱਕ ਦੂਸਰੇ ਨੂੰ ਲੋੜ ਪੈਂਦੀ ਆ ਵੀ ਤੈਨੂੰ ਆਹ ਚੀਜ਼ ਚਾਹੀਦੀ, ਹਾਂ ਤੂੰ ਆਹ ਲੈ ਲਾ, ਵੀ ਆਪਾਂ ਨੂੰ ਕਦੇ ਲੋੜ ਪੈਂਦੀ ਵੀ ਹਾਂ ਵੀ ਇੱਦਾਂ ਰਲ ਮਿਲ ਕੇ ਕਰੀਏ, ਵਧੀਆ, ਮਤਲਬ, ਹੈ ਨਾ, ਸਭ ਕੁਝ ਤੁਹਾਡੀ ਟਰਨ. ਪਿੰਕ ਜਾਂ ਪਰਪਲ ਨਾ ਆਏ, ਆਈ ਵਿਸ਼ ਯੈਲੋ. ਯੈਲੋ ਉੱਪਰ ਹੀ ਪਿਆ ਹੈ. ਡੂ ਯੂ ਲਵ ਯੂਰ ਲਾਈਫ? ਹਾਂ ਹਾਂਜੀ, ਬਿਲਕੁਲ. ਲਾਈਫ ਤਾਂ ਤੁਹਾਨੂੰ ਪਤਾ ਕਿਨੂੰ ਕੌਣ ਨਹੀਂ ਪਿਆਰ ਕਰਦਾ, ਬਟ ਸਮਾ ਹੋ, ਹੈ ਨਾ, ਤੁਸੀਂ ਬਿਜ਼ੀ ਰਹਿੰਦੇ ਹੋ, ਆਕਿਊਪਾਈਡ ਰਹਿੰਦੇ ਹੋ. ਹਾਂਜੀ, ਤੁਸੀਂ ਆਪਣੀ ਵਿਸ਼ਸ ਲਾਈਕ, ਤੁਸੀਂ ਬਹੁਤ ਫੇਮਸ ਹੋ, ਤੁਹਾਡੇ ਕੋਲ ਪੈਸਾ ਹੈ ਨਾ, ਆਪਣੀ ਵਿਸ਼ਸ ਪੂਰੀ ਕਰ ਲੈਂਦੇ ਹੋ ਬਿਜ਼ੀ ਹੋਣ ਤੋਂ ਬਾਅਦ ਵੀ? ਹਾਂ, ਮੈਂ ਜਦੋਂ ਆਪਣੇ ਲਈ ਟਾਈਮ ਕੱਢਦਾ, ਮੈਂ ਆਪਦਾ ਟਾਈਮ ਆਪਦੇ ਲਈ ਰੱਖਦਾ ਵੀ ਹਾਂ ਮੈਨੂੰ ਚਾਹੀਦਾ ਟਾਈਮ. ਕੀ ਕਰਦੇ ਹੋ ਲਾਈਕ ਜਦ ਤੁਸੀਂ, ਵਾਟਸ ਯੋਰ ਮੀ ਟਾਈਮ? ਰਿਲੈਕਸ ਕਰਨਾ ਵੀ ਬਸ, ਵੀ ਸੋਫੇ ਦੇ ਲੰਮੇ ਪੈ ਕੇ, ਓਹੋ, ਜਾਂ ਕੋਈ ਨੈਟਫਲਿਕਸ ਦੇਖ ਲਓ, ਜਾਂ ਬਸ ਆਹੀ ਕੁਛ ਹੁੰਦਾ, ਖਾ ਪੀ ਲਓ, ਜਾਂ ਸੋ ਜਾਓ. ਹੈ ਯੂ ਲੇਜ਼ੀ? ਵੈਸੇ ਲੇਜ਼ੀ ਹੋ ਤੁਸੀਂ? ਹੈਗਾ ਮਤਲਬ ਜਿਵੇਂ ਮੇਰੇ ਉਹ ਟਾਈਮ ਆਉਂਦਾ ਰਹਿੰਦਾ ਵੀ ਜਿਵੇਂ ਕੁਛ ਦਿਨ ਲਈ ਲੇਜ਼ੀ ਹੋ ਜਾਂਦਾ, ਕੁਛ ਦਿਨ ਲਈ ਦੂਜਾ ਹੋ ਜਾਂਦਾ, ਮਤਲਬ ਵੀ ਹਾਂ ਵੀ ਕੰਮ ਦੀ ਕੰਮ ਹੀ ਕਰੀ ਚੱਲੋ ਕਰੀ ਚੱਲੋ, ਬਸ ਦੂਜਿਆਂ ਨੂੰ ਵੀ ਸਮਝਾਉਣ ਲੱਗ ਜਾਣਾ ਐ ਨਹੀਂ ਕਰਨਾ ਐ ਨਹੀਂ ਕਰਨਾ, ਜਦੋਂ ਲੇਜ਼ੀ ਹੁੰਦਾ ਉਦੋਂ ਫਿਰ ਲੇਜ਼ੀ ਫਿਰ ਇਟਸ ਅ ਮੀ ਟਾਈਮ. ਅੱਛਾ, ਆਰਟਿਸਟ ਲਈ ਨਾ ਇੱਕ ਕੋਟ ਹੈ ਕਿ ਨਾਈਟ ਇਜ਼ ਫੋਰ ਆਰਟਿਸਟ ਪੀਪਲ. ਮੈਂ ਨਾ ਨਾਈਟਸ ਕੰਮ ਬਹੁਤ ਕੀਤਾ ਪਹਿਲਾਂ ਪਾਸਟ ਦੇ ਵਿੱਚ, ਜਦੋਂ ਸਟਾਰਟਿੰਗ 'ਚ ਮੈਂ ਕੰਮ ਕੀਤਾ ਸੀ,
ਫਿਰ ਨਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਮੈਂ ਫਿਰ ਨਾਈਟ ਵਾਲਾ ਜਿਹੜਾ ਸੀਗਾ ਕੰਮ ਉਹ ਮੈਨੂੰ ਬੰਦ ਕਰਨਾ ਪਿਆ, ਕਿਉਂਕਿ ਨਾ ਸਵੇਰੇ ਜਦੋਂ ਦੁਪਹਿਰ ਨੂੰ ਟਾਈਮ ਟੇਬਲ ਹਿੱਲ ਗਿਆ ਸੀਗਾ ਨਾ, ਤੇ ਮਤਲਬ ਜਿਹੜੇ ਫਰੈਸ਼ ਆਈਡੀਆਜ਼ ਵਗੈਰਾ ਉਹ ਸਾਰੇ ਮਤਲਬ ਆਉਣੇ ਬੰਦ ਹੋ ਗਏ ਸੀ ਇੱਕ ਟਾਈਮ ਤੇ। ਫਿਰ ਮੈਂ ਕੀ ਕੀਤਾ, ਜਿਵੇਂ ਆਪਣਾ ਰਾਤ ਨੂੰ ਸੌਣ ਵਾਸਤੇ ਸਵੇਰੇ ਉੱਠੋ, 12 ਵਜੇ ਆਪਦਾ ਕੰਮ ਸਟਾਰਟ ਕਰੋ, ਰਾਤ ਦੇ 11-12 ਇੱਕ ਵਜੇ ਤੱਕ 2 ਵਜੇ ਤੱਕ ਕਰ ਲਓ, ਪਰ ਰਾਤ ਨੀ ਲਾਉਣੀ ਹੈਗੀ। ਵੀ ਕਈ ਵਾਰੀ ਸਵੇਰੇ 4 ਵਜੇ ਬਹਿੰਦੇ ਸੀ ਜਾਂ ਕਿੱਦਾਂ, ਉਹ ਚੀਜ਼ਾਂ ਥੋੜੀਆਂ ਜਿਵੇਂ ਚਲੋ ਜਦੋਂ ਤੁਸੀਂ ਨਵੇਂ ਨਵੇਂ ਕਰਦੇ ਹੋ ਤਾਂ ਕਰਨਾ ਵੀ ਪੈਂਦਾ ਤੁਹਾਨੂੰ ਮਿਹਨਤ ਜਾਂ ਕੁਛ ਲਾ ਲਓ, ਪਰ ਜਦੋਂ ਹੁਣ ਕੰਫਰਟ ਜ਼ੋਨ ਹੈਗਾ ਤਾਂ ਹੁਣ ਆਪਾਂ ਕੰਮ ਸਾਡਾ ਚੱਲ ਪਿਆ ਹੈ ਨਾ, ਪ੍ਰੈਫਰ ਕਰਦਾ ਵੀ ਦਿਨ ਦੇ ਵਿੱਚ ਕੰਮ ਕਰਨਾ ਵਧੀਆ, ਲਾਈਕ ਆਪਣਾ ਆਪਣਾ ਹੈ ਨਾ, ਲਾਈਕ ਮੋਸਟ ਆਫ ਦ ਪੀਪਲ ਵਰਕ ਇਨ ਨਾਈਟ ਹੈ ਨਾ, ਤੁਹਾਡੀ ਟਰਨ। ਰੈਡ ਅਨਦਰ ਚਾਂਸ ਬਲੂ, ਇਹ ਪਿੱਛੇ ਵੀ ਇਹ ਕੁਐਸਚਨ, ਵਿਚ ਕੈਰੈਕਟਰ ਡੂ ਯੂ ਵਾਂਟ ਟੂ ਬੀ ਇਨ ਯੋਰ ਫਰੈਂਡਸ, ਵੀ ਮੇਰਾ ਕੀ ਕੈਰੈਕਟਰ ਹੋਣਾ ਚਾਹੀਦਾ? ਮੈਂ ਤੁਹਾਡੇ ਲਈ ਰੀਡ ਕਰਦੀ ਹਾਂ, ਵਿਚ ਕੈਰੈਕਟਰ ਡੂ ਯੂ ਵਾਂਟ ਟੂ ਬੀ ਇਨ ਯੋਰ ਫਰੈਂਡਸ ਲਾਈਫ। ਓਕੇ, ਤੁਹਾਡੇ ਹਾਂ ਉਹੀ ਜੋ ਤੁਸੀਂ ਡੀਕੋਡ ਕੀਤਾ ਹੈ ਕਿ ਕਿਹੜਾ ਕੈਰੈਕਟਰ ਚਾਹੁੰਦੇ ਹੋ? ਫਨੀ, ਜਿਵੇਂ ਹੱਸਦੇ ਖੇਡਦੇ। ਤੁਸੀਂ ਲਾਈਕ ਆਪਣੇ ਕਿਸੇ ਦੋਸਤ ਵਰਗੇ ਬਣਨਾ ਚਾਹੁੰਦੇ ਹੋ? ਇਹਦਾ ਮਤਲਬ ਇਹ ਹੈ ਵੈਸੇ, ਦੇਖੋ ਏਦਾਂ ਨਹੀਂ, ਕਿਉਂਕਿ ਜੋ ਮੇਰੇ ਦੋਸਤ ਨੇ ਮੇਰੇ ਨਾਲ ਦੋਸਤੀ ਤਾਂ ਕੀਤੀ ਕਿਉਂਕਿ ਮੈਂ ਐਗਜ਼ੈਕਟਲੀ, ਤੇ ਮੈਨੂੰ ਮੈਂ ਆਪਣੇ ਦੋਸਤ ਨਾਲ ਕਿਉਂਕਿ ਉਹ ਹੈ। ਹੁਣ ਇੱਕ ਦੂਸਰੇ ਤੋਂ ਸਿੱਖ ਜ਼ਰੂਰ ਸਕਦੇ ਹਾਂ, ਜਾਂ ਉਹਨੇ ਮੇਰੇ ਤੋਂ ਕੁਛ ਸਿੱਖ ਲਿਆ ਮੈਂ ਉਹ ਤੋਂ, ਵੀ ਐਵੇਂ ਰਲ ਮਿਲ ਕੇ ਉਹ ਜ਼ਰੂਰ ਕਰ ਸਕਦਾ, ਪਰ ਐ ਨਹੀਂ ਵੀ ਉਹਦੇ ਵਰਗਾ ਬਣਨਾ ਇੱਦਾਂ। ਕੁਝ ਕੁਆਲਿਟੀਜ਼, ਹਾਂ ਕੁਆਲਿਟੀਜ਼ ਬੰਦਾ ਅਪਣਾ ਸਕਦਾ ਇੱਕ ਦੂਸਰੇ ਦੀਆਂ, ਬਟ ਯੂ ਲਵ ਬੀਇੰਗ ਯੂ ਹੈ ਨਾ। ਅੱਛਾ ਆਫਲੋ, ਹੁਣ 뮤직 ਡਾਇਰੈਕਟ ਕਰਨਾ ਐਸ ਕੰਪੇਅਰ ਟੂ ਅਰਲੀਅਰ, ਹੁਣ ਈਜ਼ੀ ਹੋ ਗਿਆ ਹੈ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਈਜ਼ੀ ਵੀ ਹੋ ਗਿਆ, ਤੇ ਪਲੱਸ ਗੱਲ ਪੈਸੇ ਦੀ ਵੀ ਰਹਿ ਗਈ ਆ ਕਾਫੀ ਚੀਜ਼ ਹੱਦ ਤੱਕ। ਓਕੇ, ਜਿਵੇਂ ਪਹਿਲਾਂ ਅਸੀਂ ਜਦੋਂ ਮੇਰੇ ਕੋਲ ਤਾਂ ਉਦੋਂ ਲਾਇਬ੍ਰੇਰੀਜ਼ ਨਹੀਂ ਪੂਰੀਆਂ ਹੁੰਦੀਆਂ ਸੀਗੀਆਂ, ਮਤਲਬ ਘੱਟ ਸਮਾਨ ਦੇ ਵਿੱਚ ਮੈਂ ਮੈਨੇਜ ਕਰਦਾ ਹੁੰਦਾ ਸੀਗਾ, ਵੀ ਮਤਲਬ ਜਦੋਂ ਮੈਂ ਪਹਿਲਾਂ ਸਟਾਰਟ ਕੀਤਾ ਸੀ ਉਦੋਂ ਲੈਪਟਾਪ ਮੇਰੇ ਕੋਲ ਲਿਮਿਟਡ ਲੈਪਟਾਪ ਸੀਗਾ, ਤੇ ਮੈਂ ਉਹਦੇ ਉੱਤੇ ਕਿੱਡੇ ਕਿੱਡੇ ਵਧੀਆ ਗਾਣੇ ਬਣਾ ਲਏ ਹਨਾ, ਤੇ ਹੁਣ ਕਈਆਂ ਕੋਲ ਮੈਂ ਦੇਖਦਾ ਨਵੀਂ ਕੀ ਨਵੀਂ ਨਵੀਂ ਮੈਕਬੁੱਕ ਵਧੀਆ ਵਾਲੀ ਚੱਕੀ ਫਿਰ ਮਤਲਬ ਕੰਮ ਕਰਦੇ ਨੇ ਉੱਥੇ, ਪਰ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਉਸ ਚੀਜ਼ ਦੀ, ਉਹ ਬੀਟ ਚੱਕ ਕੇ ਹੀ ਲਾਉਣੀ ਹੈ ਜਿਵੇਂ ਜੇ ਇੱਧਰੋਂ ਉੱਧਰੋਂ, ਤੇ ਉਹ ਬਾਏ ਵੀ ਕਰ ਲੈਂਦੇ ਆ ਜਿਵੇਂ ਕਿਸੇ ਪ੍ਰੋਡਿਊਸਰਾਂ ਦੀ ਬੀਟ ਚੱਕ ਬਾਏ ਕਰਕੇ, ਉਹਦੇ ਨਾਲ ਕਿ ਜਿਹੜੇ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਕਿੰਨਾ ਪਿੱਛੇ ਸਟਡੀ ਕਰਕੇ ਆਏ, ਉਹ ਥੋੜ੍ਹਾ ਜਿਹਾ ਫਿਰ ਉਹਦੇ ਕਰਕੇ ਐਵੇਂ ਫੀਲ ਤਾਂ ਹੁੰਦੀਆਂ ਚੀਜ਼ਾਂ ਬੰਦੇ ਨੂੰ, ਪਰ ਐਂ ਵੀ ਕੁਛ ਨਵੇਂ ਮੁੰਡੇ ਇੱਦਾਂ ਨੇ ਵੀ ਇੰਨਾ ਕੁ ਵਧੀਆ ਕੰਮ ਕਰ ਰਹੇ ਨੇ, ਮਤਲਬ ਜਿਹਦਾ ਕੋਈ ਨਾਮ ਹੀ ਨਹੀਂ ਹੈਗਾ, ਮਤਲਬ ਨੈਕਸਟ ਲੈਵਲ ਕੰਮ। ਬਟ ਡੂ ਯੂ ਥਿੰਕ ਲਾਈਕ ਤੁਸੀਂ ਜਿੱਦਾਂ ਕਿਹਾ ਕਿ ਤੁਸੀਂ ਸਟਾਰਟ ਤਦ ਕੀਤਾ ਜਦ ਯੂ ਡਿਡਨਟ ਹੈਵ ਲਾਇਸੈਂਸ ਆਫ ਹੈ ਨਾ 뮤직, ਤੁਹਾਨੂੰ ਨੌਲੇਜ ਇੰਨੀ ਆ ਗਈ ਕਿ ਯੂ ਕੈਨ ਬੀਟ ਲਾਈਕ ਐਨੀਵਨ ਹੈ ਨਾ, ਤਾਂ ਹੀ ਫਲੋ ਫਲੋ ਹੈ। ਡੂ ਯੂ ਥਿੰਕ ਕਿ ਉਹ ਨੌਲੇਜ ਕੰਮ ਆਉਂਦੀ ਹੈ ਸੋਫਟਵੇਅਰ ਕਰਕੇ ਵੀ? ਨੌਲੇਜ ਉਹ ਬਿਲਕੁਲ, ਵੀ ਦੇਖੋ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਤੁਸੀਂ ਕਿਹੜੇ ਰਸਤੇ ਜਾਣਾ, ਬਿਲਕੁਲ, ਉਦੋਂ ਬਾਅਦ ਤੁਹਾਡੇ ਆਪ ਦਾ ਵੀ ਤੁਸੀਂ ਕਿਵੇਂ ਉੱਥੇ ਡਰਾਈਵ ਕਿਵੇਂ ਕਰਦੇ ਹੋ। ਉਹੀ ਹੈ ਨਾ ਕਿ ਨੌਲੇਜ ਕਮ ਆ ਰਹੀ ਹੈ, ਨੌਲੇਜ ਕਮ ਆਉਂਦੀ ਹੈ। ਔਰ ਲਾਈਕ ਕੁਝ ਐਦਾਂ ਦੇ ਲੋਕ ਵੀ ਹੈ ਜੋ 뮤직 ਡਾਇਰੈਕਟਰ ਬਣਨਾ ਚਾਹੁੰਦੇ ਹੈ ਜਿਨ੍ਹਾਂ ਕੋਲ ਸੋਰਸ ਨਹੀਂ ਹੈ, ਉਹਨਾਂ ਲਈ ਕੋਈ ਲਾਈਕ ਟਿਪ ਤੁਸੀਂ ਦੇਣਾ ਚਾਹੋਗੇ? ਵੈਸੇ ਮੈਂ ਐਡਾ ਹੈ ਤਾਂ ਨਹੀਂ, ਪਰ ਯੂ ਆਰ ਆਫ ਕੋਰਸ ਹੈਵ ਟੂ ਬੀ ਗੁੱਡ ਲਿਸਨਰ, ਓਕੇ, ਚੰਗੀਆਂ ਚੀਜ਼ਾਂ ਸੁਣਨਗੇ ਤਾਂ ਚੰਗਾ ਬਣਾਉਣਗੇ। ਕੋਈ ਵੀ ਬੰਦਾ ਉਹਦੇ ਦਿਮਾਗ 'ਚ ਕਹਿੰਦਾ ਮੇਰੇ ਆਈਡੀਆ ਆਇਆ, ਆਈਡੀਆ ਕਿਵੇਂ ਆਇਆ, ਆਈਡੀਆ ਸੁਣਿਆ ਸੀ ਤਾਂ ਆਇਆ, ਕੁਛ ਵਧੀਆ ਸੁਣਦੇ ਆ ਤਾਂ ਜਿਹੜੇ ਬੰਦੇ ਨੇ ਵਧੀਆ ਸੁਣਿਆ ਹੁੰਦਾ ਨਾ ਛੋਟੇ ਹੁੰਦੇ ਜਾਂ ਸਾਰੀ ਉਮਰ ਦੇ ਵਿੱਚ, ਉਹ ਜਿਵੇਂ ਦਾ ਵਧੀਆ ਸੁਣਿਆ ਹੁੰਦਾ ਉਹ ਉਵੇਂ ਦੀ ਚੀਜ਼ ਲੈ ਕੇ ਆਊਗਾ ਅੱਗੇ ਲੋਕਾਂ ਦੇ ਸਾਹਮਣੇ। ਲਾਈਕ ਡੀਜੇ ਫਲੋ ਦੇ 뮤직 ਦੀ ਇੱਕ ਖਾਸੀਅਤ ਹੈ ਨਾ, ਤੁਹਾਡੇ ਬੇਸਿਕਲੀ ਤੁਹਾਡੇ ਫੈਨਸ ਕਹਿੰਦੇ ਆ, ਅਸੀਂ ਸਾਰੇ ਕਹਿੰਦੇ ਆ ਕਿ
ਜਦ ਤੁਹਾਡਾ ਮਿਊਜ਼ਿਕ ਆਉਂਦਾ ਨਾ ਉਹ ਲਿਰਿਕਸ ਨਹੀਂ ਸੁਣਦੇ ਦੇ ਗੋ ਫੋਰ ਮਿਊਜ਼ਿਕ ਹੈ ਨਾ ਸੋ ਤੁਸੀਂ ਆਪਣੇ ਮਿਊਜ਼ਿਕ ਨੂੰ ਲਾਈਕ ਕਿੱਦਾਂ ਸਟੱਡੀ ਕਰਦੇ ਹੋ ਹਾਓ ਯੂ ਗੈਟ ਇੰਸਪਾਇਰਡ ਕਿ ਇੱਦਾਂ ਦਾ ਮਿਊਜ਼ਿਕ ਕਰਨਾ ਹੈ ਮੈਂ ਜਿਵੇਂ ਨਾ ਤੁਸੀਂ ਗੋ ਵਿਦ ਦਾ ਫਲੋ ਦੇ ਵੀ ਸਾਰੇ ਗਾਣੇ ਸੁਣੇ ਹੋ ਹਾਂ ਉਹਦੇ ਵਿੱਚ ਕੋਈ ਵੀ ਗਾਣਾ ਇੱਕ ਦੂਸਰੇ ਦੇ ਨਾਲ ਮਿਲਦਾ ਨੀਗਾ ਪਲੱਸ ਕਿਸੇ ਵੀ ਗਾਣੇ ਦਾ ਇੱਕ ਦੂਸਰੇ ਦੇ ਨਾਲ ਮਤਲਬ ਲਿਰਿਕਲੀ ਵੀ ਮਿਊਜ਼ਿਕਲੀ ਤਾਂ ਜਮੀ ਅਲੱਗ ਅਲੱਗ ਨੇ ਜੇ ਇੱਕ ਗਾਣਾ ਪਾਕਿਸਤਾਨ ਦਾ ਇੱਕ ਗਾਣਾ ਇੰਗਲੈਂਡ ਆ ਮਤਲਬ ਜਮੀ ਉਲਟ ਉਲਟ ਹਨਾ ਤੇ ਉਹ ਮਤਲਬ ਹਮੇਸ਼ਾ ਅੱਡ ਅੱਡ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਹਰੇਕ ਗਾਣੇ ਦੇ ਵਿੱਚ ਮੈਂ ਕੋਈ ਇੱਦਾਂ ਦੀ ਟਿਊਨ ਸਿਗਨੇਚਰ ਟਿਊਨ ਲੱਭਦਾ ਹੁੰਦਾ ਵੀ ਜਿਹੜੀ ਕਿ ਲੋਕਾਂ ਨੂੰ ਯਾਦ ਰਵੇ ਜਿਹਦੇ ਉੱਤੇ ਵਾਈਬ ਕਰਨ ਲੋਕ ਉਹ ਚੀਜ਼ ਹੁੰਦੀ ਹੈ ਕੁਝ ਲੋਕ ਹੁੰਦੇ ਆ ਲਾਈਕ ਗੋ ਵਿਦ ਦ ਫਲੋ ਹੀ ਚੱਲਦੇ ਹਨ ਕੁਝ ਲੋਕ ਹੁੰਦੇ ਕਿ ਟੈਨਸ਼ਨ ਲੈਂਦੇ ਛੋਟੀ ਛੋਟੀ ਗੱਲ ਦੀ ਅਗਰ ਆਪਾਂ ਡੀਜੇ ਫਲੋ ਦੀ ਗੱਲ ਕਰੀਏ ਤੁਸੀਂ ਕਿਹੜੀ ਕੈਟਾਗਰੀ ਚ ਮੈਂ ਸਿਚੁਏਸ਼ਨ ਦੇਖਦਾ ਵੀ ਗੋ ਵਿਦ ਦ ਫਲੋ ਜਾਣਾ ਕਿ ਐਂਡ ਇਹ ਐਲਬਮ ਦਾ ਨਾਮ ਕਿਦਾਂ ਆਇਆ ਗੋ ਵਿਦ ਦ ਫਲੋ ਗੋ ਵਿਦ ਦ ਫਲੋ ਮਤਲਬ ਐਵੇਂ ਕੁਝ ਸੋਚ ਕੇ ਨਹੀਂ ਰੱਖਿਆ ਵੀ ਐਵੇਂ ਰੈਂਡਮ ਨਹੀਂ ਹੋ ਜਾਂਦਾ ਵੀ ਚਲੋ ਨਾਮ ਨਾਲ ਵੀ ਆਪਣੇ ਰਿਲੇਟ ਹੋ ਗਿਆ ਤੇ ਪਲੱਸ ਗਾਣੇ ਵੀ ਏਦਾਂ ਦੇ ਸੀ ਵੀ ਆਪਾਂ ਵਾਈਬ ਕਰਾਉਣਾ ਕਿਸੇ ਨੂੰ ਗੋ ਵਿਦ ਦ ਫਲੋ ਵੀ ਉਹਦਾ ਪੋਸਟਰ ਵੀ ਤੁਸੀਂ ਦੇਖਿਆ ਹੋਵੇ ਗੱਡੀ ਆ ਹਾਂ ਵਾਈਬਿੰਗ ਜਿਹਾ ਨਾ ਪੋਸਟਰ ਹੈ ਤੁਸੀਂ ਆਪਣੇ ਘਰਦਿਆਂ ਨੂੰ ਲਾਈਕ ਐਲਬਮ ਪਹਿਲੇ ਭੇਜੀ ਹੋਣੀ ਸੁਣਨ ਲਈ ਉਹ ਉਹਨੇ ਆਏ ਹੋਏ ਸੀ ਥੋੜਾ ਟਾਈਮ ਪਹਿਲਾਂ ਇੰਡੀਆ ਤਾਂ ਮੈਂ ਉਹਨੂੰ ਸੁਣਾਈ ਸੀ ਕਿਉਂਕਿ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਮੇਰਾ ਇਹ ਵਾਲਾ ਫੇਵਰੇਟ ਸੌਂਗ ਹੈ ਇਦਾਂ ਕੁਝ ਹੋਇਆ ਮੇਰੇ ਪਾਪਾ ਜਰਾ ਸੁਣਦੇ ਨੇ ਤੇ ਉਹਨਾਂ ਨੂੰ ਦੋ ਤਿੰਨ ਜਿਹੜੇ ਗਾਣੇ ਕਿਹੜੇ ਕਿਹੜੇ ਪਸੰਦ ਹੈ ਉਹਨਾਂ ਨੂੰ ਉਹਨਾਂ ਨੂੰ ਆ ਗਰਲ ਫਰਮ ਚੰਡੀਗੜ੍ਹ ਤੇ ਇਹ ਵੈਸੇ ਮੇਰਾ ਫੇਵਰੇਟ ਵੀ ਹੈ ਪੁਲਿਸ 2 ਕੋਕਾ ਸਾਰੇ ਸੁਣੇ ਗਰਲ ਫਰੈਂਡ ਫਰਮ ਚੰਡੀਗੜ੍ਹ ਹੈ ਨਾ ਇਹ ਮੈਂ ਲਾਈਵ ਸੁਣਨਾ ਹੈ ਹਾਂ ਸੁਣਾ ਦਿੰਦਾ ਪਲੀਜ਼ ਜ਼ਰੂਰ ਹੋ ਨੱਕ 'ਚ ਕੋਕਾ ਗਲ ਵਿੱਚ ਗਾਨੀ ਜ਼ੁਲਫ ਭੰਗ ਦੇ ਬੂਟੇ ਉਹ ਫੜ ਕੇ ਤੈਨੂੰ ਲੱਕ ਕੋਲੋਂ ਦਿਲ ਕਰਦਾ ਮਾਰਨਾ ਸੂਟੇ ਹੋ ਲਾ ਕੇ ਟੈਮ ਤੈਨੂੰ ਜੇ ਮੇਰੀ ਜਨਾਹ ਬਣਾਈਆਂ ਵੇ ਮੈਨੂੰ ਛੇੜਨਾ ਛਦਾਈਆਂ ਕੁੜੀ ਚੰਡੀਗੜ੍ਹੋਂ ਆਈਆਂ ਜੀ ਤੁਸੀਂ ਇੰਨੇ ਕਿਵੇਂ ਸੋਹਣੇ ਜਿਵੇਂ ਦੁੱਧ ਤੇ ਮਲਾਈਆਂ ਥੈਂਕ ਯੂ ਸਟਾਰਟਿੰਗ ਦੇ ਵਿੱਚ ਛੋਟੇ ਹੁੰਦੇ ਗਾਉਂਦਾ ਹੁੰਦਾ ਸੀਗਾ ਸਕੂਲ ਵਗੈਰਾ ਦੇ ਵਿੱਚ ਉਸ ਤੋਂ ਬਾਅਦ ਜਿਵੇਂ ਮਿਊਜ਼ਿਕ 'ਚ ਮੈਨੂੰ ਵਧੀਆ ਸਵਾਦ ਆਉਣ ਲੱਗ ਗਿਆ ਫਿਰ ਬਾਅਦ 'ਚੋਂ ਮੇਰਾ ਏਦਾਂ ਕੋਈ ਨਹੀਂ ਸੀਗਾ ਵੀ ਮੈਂ ਸਿੰਗਰ ਬਣਨਾ ਫਿਰ ਬਾਅਦ 'ਚੋਂ ਨਾ ਹਾਲਾਤ ਇੱਦਾਂ ਬਣ ਗਏ ਵੀ ਹਾਂ ਵੀ ਆਪਣੇ ਆਪ ਖਿੱਚ ਕੇ ਲਿਆਈ ਮੇਰੀ ਕੋਈ ਇੱਦਾਂ ਵੀ ਸੋਚ ਨਹੀਂ ਸੀਗੀ ਵੀ ਹਾਂ ਵੀ ਮੈਂ ਕਿਸੇ ਨੇ ਆਮ ਲਾਈਕ ਇੰਡਸਟਰੀ ਵਿੱਚੋਂ ਮੋਟੀਵੇਟ ਕੀਤਾ ਕੀ ਫਲੋ ਯੂ ਸ਼ੁਡ ਸਿੰਗ ਤੁਹਾਨੂੰ ਗਾਣਾ ਚਾਹੀਦਾ ਹੈ ਕਾਫੀ ਚਾਰ ਪੰਜ ਆਪਣੇ ਹੈਗੇ ਨੇ ਭਰਾ ਪ੍ਰਿੰਸ ਰੱਖੜੀ ਭਰਾ ਜਦੋਂ ਮੈਂ ਬਦਨਾਮ ਬਣਾਇਆ ਸੀ ਉਹ ਕਹਿੰਦਾ ਜੀ ਤੂੰ ਗਾ ਯਾਰ ਫਿਰ ਉਦੋਂ ਜਿਹੜਾ ਪੈਰਾ ਗਾਇਆ ਸੀਗਾ ਵਿੱਚ ਕੋਕਲਾ 'ਚ ਪਾਕੀ ਵਾਲਾ ਯਾਰ ਨਹੀਂ ਬਣਾਏ ਉੱਥੋਂ ਰਿਸਪੋਂਸ ਆਇਆ ਸੀ ਫਿਰ ਉਸ ਤੋਂ ਬਾਅਦ ਮੈਂ ਫਿਰ ਪੂਰਾ ਗਾਣਾ ਕੀਤਾ ਸੀ ਉਸ ਤੋਂ ਬਾਅਦ ਤੁਸੀਂ ਲਾਈਕ ਬੈਕ ਟੂ ਬੈਕ ਹਿੱਟ ਦਿੱਤੇ ਹਨਾ ਲਾਈਕ ਤੁਹਾਡੀ ਕੋਈ ਇੱਛਾ ਲਾਈਕ ਕਿ ਮੈਂ ਇਸ ਸਿੰਗਰ ਨਾਲ ਕਰਨਾ ਹੈ ਕੰਮ ਕੋਈ ਹੈ ਇਦਾਂ ਦਾ ਮੈਂ ਕੋਈ ਕੋਲੈਬੋਰੇਸ਼ਨ ਕੋਈ ਦੂਸਰੀ ਸੋਚ ਰਿਹਾ ਹਾਂ ਓ ਵਾਓ ਕੋਈ ਵੱਡੀ ਕੋਲੈਬੋਰੇਸ਼ਨ ਸਰਪ੍ਰਾਈਜ਼ ਥੋੜਾ ਜਿਹਾ ਆਈਡੀਆ ਬਾਕੀ ਤਾਂ ਆਪਾਂ ਸਾਰੇ ਹੀ ਕੰਮ ਕਰ ਹੀ ਲਿਆ ਥੋੜਾ ਜਿਹਾ ਆਈਡੀਆ ਕੋਲੈਬੋਰੇਸ਼ਨ ਦਾ ਕੋਈ ਆਈਡੀਆ ਨਹੀਂ ਫਿਰ ਸਰਪ੍ਰਾਈਜ਼ ਕਿਹਨੂੰ ਕਹਿੰਦੇ ਸਰਪ੍ਰਾਈਜ਼ ਚਲੋ ਠੀਕ ਹੈ ਵੀਲ ਵੇਟ ਅੱਛਾ ਤੁਸੀਂ ਨਾ ਇਮੇਜਿਨ ਕਰਨਾ ਹੈ ਅੱਖਾਂ ਬੰਦ ਕਰਕੇ ਕਿ ਅੱਜ ਡੀਜੇ ਫਲੋ ਦਾ ਜਿਹੜਾ ਮੂਡ ਹੈ ਉਹ ਬੜਾ ਲੋ ਹੈ ਫਲੋ ਇਜ਼ ਲੋ ਠੀਕ ਹੈ ਕਿਹੜਾ ਗਾਣਾ ਦਿਮਾਗ 'ਚ ਪਹਿਲੇ ਆਏਗਾ ਮੈਂ ਤਾਂ ਕਹਿੰਦੀ ਲੋ ਜਿਹੜਾ ਆਪਣਾ ਲੋ ਹੁੰਦਾ ਉਦੋਂ ਫਿਰ ਚੱਕਣ ਵਾਸਤੇ ਮੈਂ ਫਿਰ ਚਮਕੀਲੇ ਦੇ ਗਾਣੇ ਓਕੇ ਬਹੁਤ ਵਧੀਆ ਸੁਣਨਾ ਹੈ ਨਾ ਆਪਣੇ ਆਪ ਨੂੰ ਚੱਕਣ ਲਈ ਬਟ ਡੂ ਯੂ ਲਿਸਨ ਸੈਡ ਸੌਂਗਸ ਐਦਾ
ਸੈਡ ਸੌਂਗ ਜ਼ਿਆਦਾ ਨਹੀਂ ਸੁਣ ਸਕਦਾ ਮੈਂ, ਮਤਲਬ ਮੈਨੂੰ ਕਿਉਂਕਿ ਦੇਖੋ ਹਰੇਕ ਬੰਦਾ ਜਜ਼ਬਾਤੀ ਹੁੰਦਾ, ਉਹ ਮੈਨੂੰ ਥੋੜੇ ਸੈਡ ਸੌਂਗ ਨਾ ਹੋਰ ਪਾਸੇ ਲੈ ਜਾਂਦੇ ਨੇ, ਫਿਰ ਮੈਂ ਉਹ ਮੂਡ ਸ਼ਿਫਟ ਕਰ ਦਿੰਦਾ ਹਾਂ ਨਾ, ਤੇ ਮੈਂ ਬਣਾਏ ਵੀ ਬਹੁਤ ਘੱਟ ਹੋਣਗੇ, ਇੱਕ ਬਣਾਇਆ ਸੈਡ ਸੌਂਗ, ਚੱਕਵੇਂ ਸੌਂਗ ਜ਼ਿਆਦਾ ਕੀਤੇ ਹਨ, ਇੱਕ ਬਣਾਇਆ ਮੈਂ ਹੁਣ ਆ ਰਿਹਾ ਥੋੜੇ ਟਾਈਮ ਤੱਕ ਉਹ ਵੀ, ਉਹ ਮਤਲਬ ਥੋੜਾ ਜਿਹਾ ਲੋ ਫਾਈ ਨਹੀਂ ਜਿਵੇਂ ਗਾਣੇ ਹੁੰਦੇ ਆ ਉਸ ਟਾਈਪ ਦਾ, ਮਤਲਬ ਵੀ ਉਹ ਵੀ ਪ੍ਰੋਪਰ ਸੈਡ ਨਹੀਂ ਵੀ ਜਿਵੇਂ ਕੀਰਨੇ ਪਾਉਣ ਵਾਲਾ ਨਹੀਂ ਹੈਗਾ, ਵਧੀਆ ਮਤਲਬ ਤੁਸੀਂ ਖੁਦ ਗਾ ਰਹੇ ਹੋ ਹੈ ਨਾ ਉਹਦੇ ਵਿੱਚ, ਓਕੇ ਉਹਦਾ ਹੀ ਕੋਈ ਨਾਮ ਜਾਂ ਕੋਈ ਲਿਰਿਕਸ ਕੁਝ, ਉਹਦਾ ਨਾਮ ਤਾਂ ਇਹ ਵੀ ਸਰਪ੍ਰਾਈਜ਼ ਹੈ, ਹਾਂਜੀ ਚਲੋ ਠੀਕ ਹੈ ਤੁਹਾਡੀ ਟਰਨ, ਯੈਲੋ ਯੈਲੋ ਠੀਕ ਨਹੀਂ ਹੈਗੀ, ਗਿਰਨ ਨਹੀਂ ਦੇਣਾ ਸੀ ਆਪਾਂ, ਇਹ ਤੁਸੀਂ ਚੀਟਿੰਗ ਚੀਟਿੰਗ ਕਰ ਲਈ, ਮੈਂ ਰੀਡ ਕਰਾਂ ਰਾਈਟਿੰਗ ਹੈ ਨਾ, ਥੋੜੀ ਜ਼ਿਆਦਾ ਸੋਹਣੀ ਹੈ, ਓਕੇ ਇਹ ਉਹ ਕੁਸ਼ਚਨ ਹੈ ਕਿ ਤੁਸੀਂ ਸੈਟਲ ਹੋਣਾ ਇੰਡੀਆ ਤੋਂ ਬਾਹਰ, ਅਗਰ ਕਿੱਥੇ ਕਿੱਥੇ ਹੋਣਾ ਚਾਹੁੰਦੇ ਹੋ, ਦੋ ਵੀ ਨੋ ਯੂ ਆਰ ਫਰੋਮ ਇਟਲੀ, ਬਟ ਇਟਲੀ ਜਾਂ ਇੰਡੀਆ ਤੋਂ ਕਿਤੇ ਹੋਰ ਤੁਸੀਂ ਸੈਟਲ ਹੋਣਾ ਵਿਦ ਮਿਊਜ਼ਿਕ ਇਨ ਟਰਮਸ ਆਫ ਮਿਊਜ਼ਿਕ, ਮੈਂ ਤਾਂ ਸੋਚਿਆ ਨਹੀਂਗਾ ਵੀ ਇੱਥੋਂ ਕਿਤੇ ਜਾਣ ਵਾਸਤੇ, ਵੈਸੇ ਜੇ ਕਿਤੇ ਸੈਟਲ ਹੋਣਾ ਹੋਇਆ, ਵੈਸੇ ਆਪਾਂ ਹਰੇਕ ਬੰਦਾ ਆਪਦਾ ਬੈਕ ਸਾਰਾ ਕਰਦਾ ਹੀ ਹੈ, ਕੈਨੇਡਾ ਵੀ ਠੀਕ ਹੈ, ਅਮਰੀਕਾ ਵੀ ਠੀਕ ਹੈ, ਦੋਨਾਂ ਦੇ ਵਿੱਚੋਂ ਕੋਈ ਵੀ, ਮੇਰੇ ਨਾ ਦਿਮਾਗ ਸੀ ਕਿ ਲੋਕ ਬਾਹਰ ਬੈਠੇ ਵੀ ਮਿਊਜ਼ਿਕ ਬਣਾ ਰਹੇ ਹੈ ਨਾ ਐਂਡ ਜ਼ਿਆਦਾ ਬਣਾ ਰਹੇ ਹੈ ਨਾ, ਬਟ ਯੂ ਕੇਮ ਫਰੋਮ ਇਟਲੀ ਟੂ ਇੰਡੀਆ ਸਿਰਫ ਮਿਊਜ਼ਿਕਲੀ ਹੈ ਨਾ, ਹਾਂ ਮਿਊਜ਼ਿਕਲੀ, ਬਟ ਕਿਉਂਕਿ ਦੇਖੋ ਜੇ ਤੁਸੀਂ ਕੰਮ ਜਿੱਥੇ ਕਰਨਾ ਨਾ ਉੱਥੇ ਤੁਹਾਨੂੰ ਵਿਚਰਨਾ ਪੈਣਾ, ਹੁਣ ਜਿਹੜੇ ਬੰਦੇ ਬਾਹਰ ਬੈਠੇ ਨੇ ਉਹ ਕਿਤੇ ਨਾ ਕਿਤੇ ਲਿਮਿਟੇਸ਼ਨਸ ਹੋ ਜਾਂਦੀਆਂ ਨੇ, ਬੈਰੀਅਰ ਲੱਗ ਜਾਂਦੇ ਨੇ, ਜਿਹੜੀ ਆਪਾਂ ਇੱਥੇ ਚੀਜ਼ ਲਾਈਵਲੀ ਬਹਿ ਕੇ ਜਿਹੜੀ ਕਰ ਸਕਦੇ ਹਾਂ ਉਹ ਆਪਾਂ ਫੋਨ ਤੇ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਬਿਲਕੁਲ, ਤੁਹਾਡੀ ਟਰਨ, ਹਾਂਜੀ ਹੁਣ ਨਹੀਂ ਗਿਰਨਾ ਆਪਾਂ, ਪਿੰਕ ਉੱਪਰ ਹੀ ਪਿਆ, ਇਹਦੇ ਵਿੱਚ ਦੋ ਕੁਐਸਚਨਸ ਹੈ, ਸ਼ੋ ਅਸ ਯੋਰ ਵਾਲਟ, ਮੇਰੇ ਕੋਲ ਵਾਲਟ ਹੀ ਨਹੀਂ ਹੈਗਾ, ਕੈਰੀ ਨਹੀਂ ਕਰਦੇ ਤੁਸੀਂ ਵਾਲਟ, ਐਂਡ ਫਿਰ ਲਾਇਸੈਂਸ ਵਗੈਰਾ ਪ੍ਰੂਫ, ਉਹ ਗੱਡੀ 'ਚ ਪਿਆ, ਓਕੇ ਇਹਦੇ ਵਿੱਚ ਇੱਕ ਹੋਰ ਕੁਐਸਚਨ ਹੈ, ਹੂ ਡੂ ਯੂ ਸਟਾਕ ਦੀ ਮੋਸਟ, ਦੋ ਦੱਸਣੇ ਹੈ, ਇੱਕ ਕੁੜੀ ਇੱਕ ਮੁੰਡਾ, ਆਪਦੀ ਫਿਆਂਸੇ ਨੂੰ ਤੇ ਆਪਦੇ ਯਾਰਾਂ ਦੋਸਤਾਂ ਨੂੰ ਦੇਖ ਲਈਦਾ, ਹੋਰ ਤਾਂ, ਅੱਛਾ ਕਦੀ ਪੁਰਾਣੀ ਪਿਕਚਰਸ ਲੱਭ ਕੇ ਲਾਈਕ ਕੀਤੀਆਂ, ਨਹੀਂ ਬਹੁਤ ਪੁਰਾਣੀ, ਮਤਲਬ ਕਿ ਇਹਦੀ ਰੈਂਡਮਲੀ ਕਿਸੇ ਦੀ, ਰੈਂਡਮਲੀ ਨਹੀਂ ਲਾਈਕ ਜਿਨ੍ਹਾਂ ਦੀ ਤੁਸੀਂ ਦੱਸਿਆ ਜਿਨ੍ਹਾਂ ਨੂੰ ਤੁਸੀਂ ਸਟਾਕ ਕਰਦੇ ਹੋ ਉਹਨਾਂ ਦੀ, ਨਹੀਂ ਇਦਾਂ ਤਾਂ ਨਹੀਂ, ਤੁਹਾਡੇ ਨਾਲ ਇਦਾਂ ਕਦੀ ਹੋਇਆ ਕਿਸੇ ਨੇ ਬਹੁਤ ਪੁਰਾਣੀ ਪਿਕਚਰ ਲਾਈਕ ਕਰਤੀ, ਹਾਂ ਕਈ ਵਾਰੀ ਇਦਾਂ ਹੁੰਦਾ ਵੀ ਜਿਵੇਂ ਇਕੱਠੀਆਂ 15-20 ਫੋਟੋਆਂ ਇਕੱਠੀਆਂ, ਵੀ ਨੋਟਿਸ ਟਾਉਣ ਲਈ, ਹਾਂ ਕਿ ਬੈਕ ਟੂ, ਮੋਸਟਲੀ ਫੈਨਸ ਕਰਦੇ ਹੋਣੇ ਹਨਾ ਬੈਕ ਟੂ ਬੈਕ, ਅੱਛਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਨਾ ਤੁਹਾਡੇ ਕੋਲ ਕੰਮ ਲਾਈਕ ਇੱਕੋ ਹੀ ਹਿੱਟ 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 ਹਨਾ, ਫਿਰ ਤੁਸੀਂ ਤੁਹਾਡੇ ਕੋਲ ਕਦੀ ਇੱਦਾਂ ਟਾਈਮ ਆਇਆ ਸੀ ਕਿ ਤੁਸੀਂ ਇੰਨੇ ਓਕਿਊਪਾਈਡ ਹੋ, ਇੰਨੇ ਓਕਿਊਪਾਈਡ ਹੋ ਤੁਹਾਨੂੰ ਨਾ ਕਰਨੀ ਪਈ ਕੰਮ ਲਈ ਕਿ ਮੇਰੇ ਕੋਲ ਟਾਈਮ ਨਹੀਂ ਹੈ, ਕਾਫੀ ਵਾਰੀ ਹੁੰਦਾ ਇੱਦਾਂ, ਪਰ ਮੈਂ ਪਹਿਲਾਂ ਨਾ ਨਹੀਂ ਕਰਦਾ ਹੁੰਦਾ ਸੀਗਾ, ਓਕੇ ਹੁਣ ਮੈਂ ਨਾ ਕਰਨੀ ਸਿੱਖ ਲਈ ਹੈ, ਕਿਉਂਕਿ ਲੇਟ ਕਰਨ ਨਾਲੋਂ ਨਾ ਚੰਗਾ ਨਾ ਫੜੇ ਚੰਗਾ, ਕਿਉਂਕਿ ਉਸ ਤੋਂ ਵਧੀਆ, ਬਟ ਬੁਰਾ ਫੀਲ ਹੁੰਦਾ ਹੋਣਾ ਹੈ ਨਾ ਕਿ ਯਾਰ ਨਾ ਕਰਨੀ ਪੈ ਰਹੀ ਹੈ, ਨਾ ਇਨ ਸੈਂਸ ਵੀ ਐਵੇਂ ਆਪਾਂ ਐਂ ਨਹੀਂ ਕਹਿੰਦੇ ਵੀ ਨਾ ਵੀ ਤੇਰਾ ਨਹੀਂ ਆਉਣਾ, ਉਹ ਏਦਾਂ ਹੁੰਦਾ ਵੀ ਆ ਟਾਈਮ ਲੱਗੂਗਾ ਇੰਨਾ ਟਾਈਮ, ਜੇ ਅਗਲੇ ਦੀ ਟਰਮ ਕੰਡੀਸ਼ਨਸ ਹੋਣਗੀਆਂ ਵੀ ਹਾਂ ਵੀ ਇੰਨੇ ਟਾਈਮ ਚੁੱਕੇ ਆ ਆਪਾਂ ਵੀ ਉਹ ਕਰ ਸਕਦੇ ਹਾਂ, ਇੱਕ ਨਾ ਚੀਜ਼ ਹੈ ਕਿ ਜਦ ਆਪਾਂ ਸਟਾਰਟਿੰਗ 'ਚ ਕੋਈ ਚੀਜ਼ ਕਰਦੇ ਹਾਂ ਨਾ ਸਾਡੇ ਲਾਈਕ ਸਾਡੀ ਸਟਰੈਂਥ ਪੋਟੈਂਸ਼ੀਅਲ ਜ਼ੀਲ ਬਹੁਤ ਹੁੰਦੀ ਹੈ ਕਿ ਆਪਾਂ ਕਰਨਾ ਹੀ ਕਰਨਾ, ਤੁਸੀਂ ਜਿੱਦਾਂ ਕਿਹਾ ਕਿ ਕੁਛ ਨਾਈਟਸ ਤਾਂ ਸਲੀਪਲੈਸ ਜਾਂਦੀ ਹੈ ਨਾ ਪਹਿਲੇ, ਬਟ ਆਫਟਰ ਸਮ ਟਾਈਮ ਵੀ ਸੈਟਲ ਸਾਨੂੰ ਹੈ ਨਾ, ਸਾਨੂੰ ਚਾਹੇ ਪੈਸੇ ਲਈ ਚਾਹੇ ਲਾਈਫ ਲਈ ਚਾਹੇ ਹੈਲਥ ਕੇਅਰ ਲਈ ਹੋਣਾ ਪੈਂਦਾ, ਡੂ ਯੂ ਬਿਲੀਵ ਇਨ ਇਟ ਕਿ ਹੁਣ ਇਹ ਹੁੰਦਾ ਹੈ, ਬਿਲਕੁਲ, ਕਿਉਂਕਿ ਜੇ ਤੁਹਾਡੀ ਸਿਹਤ ਠੀਕ ਹੈ ਤੁਸੀਂ ਮੈਂਟਲੀ ਠੀਕ ਹੋ, ਸਭ ਤੋਂ ਵੱਡੀ ਮੈਂਟਲ ਹੈਲਥ, ਜੇ ਮੈਂਟਲੀ ਤੁਸੀਂ ਠੀਕ ਹੋ ਤਾਂ ਫਿਰ ਸਾਰਾ ਕੁਛ ਠੀਕ ਹੈ ਨਾ, ਜੇ ਤੁਸੀਂ ਮੈਂਟਲੀ ਵੀ ਮਤਲਬ ਜਿਵੇਂ ਤੁਹਾਡਾ ਟਾਈਮ ਟੇਬਲ ਹਿੱਲਦਾ ਸੌਣ ਦਾ ਉੱਠਣ ਦਾ, ਫਿਰ ਮੈਂਟਲੀ ਫਰਕ ਤਾਂ ਪੈਂਦਾ ਹੀ ਥੋੜਾ ਬਹੁਤਾ ਹੈ ਨਾ, ਸੋ
ਤੁਹਾਨੂੰ ਕਦੀ ਫੀਲ ਹੋਇਆ ਕਿ ਮਿਊਜ਼ਿਕ ਖਤਮ ਹੋ ਜਾਏਗਾ? ਨਹੀਂ ਨਹੀਂ, ਮਿਊਜ਼ਿਕ ਤਾਂ ਤੁਸੀਂ ਸੋਚੋ, ਮਿਊਜ਼ਿਕ ਤਾਂ ਉਦੋਂ ਨਹੀਂ ਖਤਮ ਹੋਇਆ ਜਦੋਂ ਔਰੰਗਜ਼ੇਬ ਦਾ ਜ਼ਮਾਨਾ ਹੁੰਦਾ ਸੀ ਨਾ, ਉਹ ਕੀ ਕਰਦੇ ਹੁੰਦੇ ਸੀਗੇ, ਜਿਨ੍ਹਾਂ ਨੇ ਮਿਊਜ਼ਿਕ ਪਲੇ ਕਰਨਾ ਹੁੰਦਾ ਸੀ, ਉਹ ਜੰਗਲਾਂ ਦੇ ਵਿੱਚ ਜਾ ਕੇ ਉਹ ਆਪਦੀ ਪੜਾਸ ਕੱਢਣ ਵਾਸਤੇ ਜੰਗਲਾਂ 'ਚ ਜਾਂਦੇ ਸੀ, ਨਹੀਂ ਤਾਂ ਜਿਹੜਾ ਬਾਹਰ ਦਿਖੇ ਜਾਂਦਾ ਸੀ ਨਾ ਉਹਨਾਂ ਨੂੰ, ਉਹ ਕੀ ਕਰਦੇ ਸੀ, ਉਹ ਚੱਕ ਕੇ ਉਹਨੂੰ ਸਜ਼ਾ ਦੇ ਦਿੰਦੇ ਹੁੰਦੇ ਸੀਗੇ। ਗਾਂਧੀ, ਹਾਂ, ਗਾਉਣ ਬੈਨ ਸੀਗਾ ਪੰਜਾਬ ਗਾਉਣਾ। ਤੁਸੀਂ ਉਹ ਦੇਖੀ ਆ ਫਿਲਮ ਵਾਰਿਸ ਸ਼ਾਹ? ਨਹੀਂ ਮੈਂ ਨਹੀਂ ਦੇਖੀ। ਵਾਰਿਸ ਸ਼ਾਹ ਜ਼ਰੂਰ ਦੇਖਿਓ, ਉਹਦੇ ਵਿੱਚ ਆ ਸਾਰਾ ਦਿਖਾਇਆ ਹੋਇਆ। ਓਕੇ, ਹਾਂਜੀ, ਕੀ ਗਾਣਾ ਹੈ ਨਾ, ਵੀ ਗਾਣਾ ਬੈਨ ਹੋ ਗਿਆ ਸੀ ਔਰੰਗਜ਼ੇਬ ਨੇ ਕੀਤਾ ਸੀ, ਤੇ ਲੋਕੀ ਕੀ ਕਰਦੇ ਹੁੰਦੇ ਸੀਗੇ ਵੀ ਮਿਊਜ਼ਿਕ ਨੂੰ ਜਿੰਦਾ ਰੱਖਣ ਵਾਸਤੇ, ਲੋਕੀ ਦੂਰ ਦੂਰ ਜਾ ਕੇ ਇਕੱਠੇ 10-15 ਗਾਣੇ ਗੁਣੇ ਆਪਦੇ ਗਾਈ ਜਾਂਦੇ ਹੁੰਦੇ ਸੀ। ਹੁਣ ਤਾਂ ਚਲੋ ਹੈ ਨਾ, ਰੋਜ਼ ਨਵਾਂ ਗਾਣਾ ਹੈ। ਚਲੋ ਤੁਹਾਡੀ ਟਰਨ। ਰੈਡ, ਇਹ ਪਿੰਕ ਹੈ, ਪਿੰਕ ਹੈ। ਸ਼ਿਟ, ਫੋਲੋ ਮੀ ਔਨ ਇੰਸਟਾਗ੍ਰਾਮ। ਚਲੋ ਇਹ ਤਾਂ ਵਨ ਆਰਟਿਸਟ ਹੂਸ ਫੈਸ਼ਨ ਇੰਪ੍ਰੈਸਿਵ ਯੂ ਦ ਮੋਸਟ। ਵਾਓ, ਕਿਹੜੇ ਆਰਟਿਸਟ ਦਾ ਫੈਸ਼ਨ? ਓਕੇ, ਵਧੀਆ। Are you like into fashion? ਦੇਖਦੇ ਹੋ? ਨਹੀਂ, ਮੈਂ ਇੰਨਾ ਜ਼ਿਆਦਾ ਨਹੀਂ ਹੈਗਾ, ਮੈਂ ਡੀਸੈਂਟ ਕੱਪੜੇ ਪਾਉਣੇ ਪਸੰਦ ਕਰਦਾ, ਵੀ ਜਿਵੇਂ ਇੱਕ ਮੁੰਡੇ ਦੇ ਪਾਏ ਹੋਣੇ ਚਾਹੀਦੇ ਨੇ, ਵੀ ਐਵੇਂ ਨਹੀਂ ਵੀ ਮੁੰਡਾ ਅੱਧਾ ਕੁੜੀ ਲੱਗੀ ਜਾਂਦਾ ਆ, ਉਹ ਮੇਰੇ ਮੇਰੀ ਕਿਤਾਬ 'ਚ ਨਹੀਂ ਹੈਗਾ। ਬ੍ਰਾਂਡ ਕੌਨਸ਼ੀਅਸ ਹੋਣਾ ਸਹੀ ਹੈ? ਬ੍ਰਾਂਡ ਕੌਨਸ਼ੀਅਸ ਹੋਣਾ ਸਹੀ ਹੈ ਜੇ ਤੁਸੀਂ ਉਹ ਚੀਜ਼ ਚੱਲਣ ਵਾਲੇ ਹੋ। ਤੁਸੀਂ ਉਹ ਚੀਜ਼ ਚੱਲਣ ਵਾਲੇ ਨਹੀਂ ਹੈਗੇ ਤੇ ਤੁਸੀਂ ਬ੍ਰਾਂਡ ਕੌਨਸ਼ੀਅਸ ਹੋਵੋ ਤੇ ਉਹ ਵੀ ਚੰਗੀ ਗੱਲ ਨਹੀਂ, ਪਹਿਲਾਂ ਤੁਸੀਂ ਉਹਦੇ ਕਾਬਿਲ ਬਣੋ, ਫਿਰ ਤੁਸੀਂ ਬ੍ਰਾਂਡ ਕੌਨਸ਼ੀਅਸ ਹੋਵੋ ਤਾਂ। ਹੁਣ ਜੇ ਆਪਾਂ ਗੱਲ ਕਰੀਏ ਕਿ ਡੀਜੇ ਫਲੋ ਦੇ ਅਪਕਮਿੰਗ ਪ੍ਰੋਜੈਕਟਸ ਕਿਹੜੇ ਆ? ਅਪਕਮਿੰਗ ਪ੍ਰੋਜੈਕਟ ਸਰਪ੍ਰਾਈਜ਼ਸ ਨਹੀਂ ਦੱਸਨੇ, ਐਲਬਮ 'ਚ ਸਰਪ੍ਰਾਈਜ਼ਸ ਆ। ਓਕੇ, ਉਹ ਹਲੇ ਪਤਾ ਨਹੀਂ ਹੈ ਕਿਸੇ ਨੂੰ, ਉਹ ਰਿਵੀਲ ਕਰਾਂਗੇ ਛੇਤੀ। ਤੇ ਪਲੱਸ ਇੱਕ ਸੈਡ ਸੌਂਗ ਆ ਰਿਹਾ। ਓਕੇ, ਤੇ ਐਦਾਂ ਹੀ ਗਾਣੇ ਤਿਆਰ ਕੀਤੇ ਨੇ, ਬਾਕੀ ਕੋਲੈਬੋਰੇਸ਼ਨਸ ਨੇ ਕਾਫੀ ਸਾਰੀਆਂ ਮਿਊਜ਼ਿਕ ਮਾਜ਼ਿਕ ਵਾਲੀ। ਕੁਝ ਹਿੰਟ ਤਾਂ ਦੱਸੋ, ਲਾਈਕ ਟੀਜ਼ ਕਰ ਜੋ ਸਾਨੂੰ ਕਿ ਆਪਾਂ ਵੇਟ ਕਰੀਏ। ਮਤਲਬ ਕੋਲੈਬੋਰੇਸ਼ਨਸ ਨੇ ਕਾਫੀ ਨੇ, ਮਤਲਬ ਕਾਫੀ ਜੋ ਵੀ ਸੋਚੀ ਚੱਲੋ, ਹਾਂ, ਜਿੱਥੇ ਤੱਕ ਤੁਸੀਂ ਸੋਚਦੇ ਹੋ ਕਿ ਮੈਂ ਤਾਂ ਕਹਿਤਾ ਤੁਸੀਂ ਸੋਚਦੇ ਰਹੋ, ਹੈ ਨਾ। ਫਿਰ ਜਾਂਦੇ ਜਾਂਦੇ ਆਪਣੇ ਫੈਨਸ ਲਈ ਕੋਈ ਪਿਆਰਾ ਜਿਹਾ ਮੈਸੇਜ ਤੁਸੀਂ ਦੇਣਾ ਚਾਹੁੰਦੇ? ਬਸ ਸਾਰੇ ਹੱਸਦੇ ਵਸਦੇ ਰਹੋ, ਤੁਹਾਡੇ ਕਰਕੇ ਅਸੀਂ ਹਾਂ, ਲਵ ਯੂ ਸਾਰਿਆਂ ਨੂੰ। ਗੋ ਵਿਦ ਦ ਫਲੋ, ਸਾਰੇ ਜ਼ਰੂਰ ਜਾ ਕੇ ਸੁਣੋ ਤੇ ਦੱਸੋ ਕਿਵੇਂ ਲੱਗ ਰਹੀ ਹੈ। ਥੈਂਕ ਯੂ ਸੋ ਮੱਚ। ਥੈਂਕ ਯੂ, ਥੈਂਕ ਯੂ, ਥੈਂਕ ਯੂ ਮੈਮ।